ਪਿਛਲੇ 13 ਸਾਲਾਂ ਤੋਂ ਕੌਂਸਲਰ ਦੀ ਸੇਵਾ ਕਰ ਰਹੇ ਮਾਸਟਰ ਹਰਮੰਦਰ ਸਿੰਘ ਇਸ ਵਾਰ ਫਿਰ ਚੋਣ ਮੈਦਾਨ ਵਿੱਚ ਅਤੇ ਅੱਜ ਉਹਨਾਂ ਵੱਲੋਂ ਆਪਣੇ ਵਾਰਡ ਨੰਬਰ 28 ਵਿੱਚ ਕੀਤਾ ਗਿਆ ਡੋਰ ਟੂ ਡੋਰ। ਦੱਸ ਦਈਏ ਕਿ ਮਾਸਟਰ ਹਰਮੰਦਰ ਸਿੰਘ ਪਿਛਲੇ 13 ਸਾਲਾਂ ਤੋਂ ਲਗਾਤਾਰ ਕੌਂਸਲਰ ਰਹੇ ਹਨ ਅਤੇ ਇਸ ਵਾਰ ਵੀ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ ਅਤੇ ਅੱਜ ਉਹਨਾਂ ਵੱਲੋਂ ਆਪਣੇ ਵਾਰਡ ਨੰਬਰ 28 ਵਿੱਚ ਡੋਰ ਟੂ ਡੋਰ ਕੀਤਾ ਗਿਆ। ਉਹਨਾਂ ਕਿਹਾ ਕਿ ਮੈਂ ਪਿਛਲੇ 13 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਅਤੇ ਹੁਣ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦੇਵਾਂਗਾ। ਉਹਨਾਂ ਬੋਲਦਿਆਂ ਕਿਹਾ ਕਿ ਮੈਨੂੰ ਲੋਕਾਂ ਵੱਲੋਂ ਭਰਮਾ ਪਿਆਰ ਮਿਲ ਰਿਹਾ ਹੈ। ਪਹਿਲੀ ਵਾਰੀ ਜਦੋਂ ਮੈਂ ਚੋਣਾਂ ਲੜਿਆ ਸੀ ਤਾਂ ਉਸ ਵੇਲੇ ਮੈਂ 700 ਦੀ ਲੀਡ 'ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਦੂਸਰੀ ਵਾਰ ਜਦੋਂ ਮੈਂ ਦੁਬਾਰਾ ਚੋਣ ਲੜੀ ਤਾਂ ਉਦੋਂ ਮੈਂ 1400 ਦੀ ਲੀਡ 'ਤੇ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਹੁਣ ਮੈਂ ਤੀਜੀ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਹਾਂ ਅਤੇ ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਉਸ ਤੋਂ ਵੀ ਵੱਡੀ ਲੀਡ ਦੇ ਨਾਲ ਇਸ ਵਾਰਡ ਦੇ ਵਿੱਚੋਂ ਜਿਤਾਉਣਗੇ। ਮੈਂ ਮਾਸਟਰ ਹਰਮੰਦਰ ਸਿੰਘ ਸਿੱਧੂ, ਸਾਬਕਾ ਕੌਂਸਲਰ ਨਗਰ ਨਿਗਮ ਬਠਿੰਡਾ, ਹੁਣ ਤੀਸਰੀ ਵਾਰ ਨਗਰ ਨਿਗਮ ਬਠਿੰਡਾ ਦੀ ਵਾਰਡ ਨੰਬਰ 28 ਤੋਂ 5 ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ। ਸੋ ਲਗਾਤਾਰ 13 ਸਾਲ ਤੋਂ ਮੈਂ ਸ਼ਹਿਰ ਦੀ ਸੇਵਾ ਕਰਦਾ ਆ ਰਿਹਾ 2007 ਤੋਂ ਲੈ ਕੇ, ਅਤੇ ਹਮੇਸ਼ਾ ਲੋਕਾਂ ਨੇ ਬੜਾ ਵੱਡਾ ਪਿਆਰ ਸਤਿਕਾਰ ਦਿੱਤਾ ਹੈ ਤਾਂ ਪਹਿਲੀ ਵਾਰ ਮੈਂ 700 ਦੀ ਵੋਟ 'ਤੇ ਲੀਡ 'ਤੇ ਜਿੱਤਿਆ, ਫਿਰ ਮੈਂ 1400 ਦੀ ਜਿੱਤਿਆ ਅਤੇ ਇਸ ਵਾਰੀ ਵਾਹਿਗੁਰੂ ਕਿਰਪਾ ਕਰੂਗਾ ਜਿਸ ਤਰ੍ਹਾਂ ਸੰਗਤ ਤੁਸੀਂ ਦੇਖ ਰਹੇ ਹੋ ਸਾਰੀ ਨਾਲ ਹੈ ਅਤੇ ਬਹੁਤ ਵੱਡੀ ਲੀਡ ਇਹ ਸਾਰੀ ਸੰਗਤ ਪਿਆਰ ਦੇ ਨਾਲ ਦਵਾਊਗੀ। ਸੋ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਲੋਕਾਂ ਦੀ ਸੇਵਾ ਦੇ ਵਿੱਚ ਸਮਰਪਿਤ ਰਿਹਾ, ਉਸੇ ਤਰ੍ਹਾਂ ਹੀ ਲੋਕਾਂ ਦੇ ਸੇਵਾ ਦੇ ਵਿੱਚ ਸਮਰਪਿਤ ਰਹਿ ਕੇ ਇਸੇ ਤਰ੍ਹਾਂ ਸੇਵਾ ਕਰਦਾ ਰਹੂੰਗਾ, ਲੋਕ ਭਲਾਈ ਦੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਊਂਗਾ। ਇਹ ਮੇਰਾ ਲੋਕਾਂ ਦੇ ਨਾਲ ਵਾਅਦਾ ਹੈ ਕਿ ਇਹਨਾਂ ਦੇ ਕਿਸੇ ਕਿਸਮ ਦੀ ਕੋਈ ਡਿਵੈਲਪਮੈਂਟ ਦੀ ਕਮੀ ਨਹੀਂ ਆਉਣੀ ਚਾਹੀਦੀ, ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਸੀਵਰੇਜ, ਪਾਣੀ, ਬਿਜਲੀ ਦੀਆਂ ਸਭ ਹੱਲ ਕੀਤੀਆਂ ਜਾਣਗੀਆਂ। ਠੀਕ ਹੈ, ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।